ਲਓ ਜੀ, ਪਹਿਲੇ ਜ਼ਮਾਨੇ 'ਚ ਗੱਪ ਹੁੰਦੀ ਸੀ ਵੀ ਦੋ ਜਨਾਨੀਆਂ ਚੁੱਪ ਬੈਠੀਆਂ ਸੀ, ਸਭ ਤੋਂ ਵੱਡੀ ਗੱਪ, ਚੁੱਪ ਹੋ ਹੀ ਨਹੀਂ ਸਕਦੀ ਸੀ। ਔਰ ਅੱਜ ਦੇ ਜ਼ਮਾਨੇ ਦੀ ਸਭ ਤੋਂ ਵੱਡੀ ਗੱਪ ਹੈ ਵੀ ਇੱਕ ਕੁੜੀ ਜਾ ਰਹੀ ਸੀ, ਉਹਦੇ ਹੱਥ 'ਚ ਮੋਬਾਈਲ ਨਹੀਂ ਸੀਗਾ, ਯਾਨੀ ਕਿ ਮੋਬਾਈਲ ਹੋਣਾ 100% ਪੱਕਾ। ਔਰ ਮੋਬਾਈਲ 'ਤੇ ਗੱਲਾਂ ਕੀ ਹੋ ਰਹੀਆਂ, ਮੋਬਾਈਲ ਹੱਥ 'ਚ ਨਹੀਂ, ਮੋਬਾਈਲ ਪਰਸ 'ਚ, ਮੂੰਹ 'ਚ ਸਿਰਫ ਸਪੀਕਰ, ਇੱਥੇ ਪਸਾਇਆ, ਗੱਲਾਂ ਕੀ ਹੋ ਰਹੀਆਂ। ਨੋ, ਕਿੰਨੇ ਵਜੇ? ਨੋ, ਸ਼ਟ ਅਪ ਬਾਂਦਰ ਜਿਹਾ। ਇੱਕ ਇੱਦਾਂ ਹੀ ਕੁੜੀ ਰਿਕਸ਼ਾ 'ਚ ਬੈਠੀ ਅਤੇ ਰਿਕਸ਼ਾ 'ਚ ਬਹਿ ਕੇ ਅਤੇ ਉਹਨੇ ਗੱਲਾਂ ਸ਼ੁਰੂ ਕਰ ਦਿੱਤੀਆਂ, ਰਿਕਸ਼ਾ ਵਾਲਾ ਵਿਚਾਰਾ ਮੋਹਰੇ ਚਲਾ ਰਿਹਾ, ਉਹਨੇ ਪਿੱਛੇ ਗੱਲਾਂ ਸ਼ੁਰੂ ਕਰਤੀਆਂ। ਹਾਂ, ਨੋ, ਪਤਾ ਨਹੀਂ ਕੀ ਕੀ ਗੱਲਾਂ ਹੋਈਆਂ। ਜਦੋਂ ਰਿਕਸ਼ਾ ਵਾਲਾ ਆਪਣੀ ਜਗ੍ਹਾ 'ਤੇ ਪਹੁੰਚਿਆ ਅਤੇ ਕੁੜੀ ਥੱਲੇ ਉਤਰੀ, ਉਤਰਦੇ ਪੁੱਛ ਰਹੀ ਹੈ, ਇਹ ਬਈਆ ਕਿੰਨੇ ਪੈਸੇ? ਕਹਿੰਦਾ, ਨਾ ਜੀ ਨਾ, ਪੈਸੇ ਮੈਂ ਨਹੀਂ ਲੈਣੇ, ਪੈਸੇ ਤੁਸੀਂ ਦੱਸੋ ਤੁਹਾਡੇ ਕਿੰਨੇ ਬਣਦੇ ਆ, ਜਿੱਦਾਂ ਦੀਆਂ ਗੱਲਾਂ ਸੁਣਨ ਨੂੰ ਬਣੀਆਂ ਮੇਰੇ ਪੈਸੇ ਦੇਣੇ ਬਣਦੇ ਆ। ਆ ਗਿਆ ਮੂੰਹ ਤੇ ਹਾਸਾ, ਕਿੱਕੀ ਚਾਚਾ।